ਪੰਜੇ ਨੌਜਵਾਨਾਂ ਨੂੰ ਜਿਹਨਾਂ ਨੇ ਕਤਲ ਦੇ ਵਿੱਚ ਹਿੱਸਾ ਲਿਆ ਸੀ, ਕਤਲ 'ਚ ਸ਼ਾਮਿਲ ਸੀ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਕਿਸ ਤਰ੍ਹਾਂ ਕਤਲ ਹੋਇਆ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਪੁਲਿਸ ਨੇ ਕਰਨ ਨਾਮ ਦੇ ਸਿਸਟਮ ਦੇ ਵਿੱਚ ਸਪੈਸ਼ਲ ਟੀਮ ਬਣਾਈ ਗਈ ਸੀ ਐਸ ਪੀ ਸਿਟੀ ਸਾਹਿਬ ਦੀ, ਐਸ ਪੀ ਡੀ ਦੀ ਜੀ, ਡੀ ਐਸ ਪੀ ਡੀ ਅਤੇ ਡੀ ਐਸ ਪੀ ਸਿਟੀ ਵੰਨ ਲੋਂਗ ਵਿਦ ਐਸ ਐਚ ਓ ਸਿਵਲ ਲਾਈਨ ਤਿੰਨ ਚਾਰ ਸੀ। ਸੋ ਇਹਨਾਂ ਨੇ ਬੜੀ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਉਹਦੇ ਵਿੱਚ ਪੰਜ ਬੰਦੇ ਅਰੈਸਟ ਕੀਤੇ ਜੀ। ਹਾਂ, ਜਿਹੜਾ ਵਹੀਕਲ ਯੂਜ਼ ਹੋਇਆ ਸੀ, ਸਾਈਕਲ ਯੂਜ਼ ਹੋਇਆ ਸੀ, ਉਹ ਵੀ ਬਰਾਮਦ ਕਰ ਲਏ। ਜਿਹੜਾ ਵੈਪਨ ਆਫ ਅਫੈਂਸ ਸੀ ਜਿਹੜਾ ਛੁਰੇ ਨਾਲ ਮਾਰੇ ਗਏ ਸੀ, ਉਹ ਵੀ ਬਰਾਮਦ ਕਰ ਲਏ। ਸਰ, ਮਕਸਦ ਕੀ ਸੀ ਲੜਾਈ ਸੀ ਜਾਂ ਪਹਿਲਾਂ ਦੂਜੀ ਰੰਜਿਸ਼ ਸੀ ਤੇ ਜਿਹੜੇ ਜਿਹੜੇ ਪੰਜ ਬੰਦੇ ਫੜੇ ਗਏ ਨੇ ਉਹਨਾਂ ਚੋਂ ਤਿੰਨ ਤੇ ਪਹਿਲਾਂ ਪਰਚੇ ਦਰਜ, ਦੋ ਦਾ ਰਿਕਾਰਡ ਕੀਤਾ, ਇਹਨਾਂ ਚੋਂ ਇੱਕ ਜੁਬੀਨਾਈ ਵੀ ਹੈ ਜਿਹੜਾ ਕਿ ਸੋਲਾ ਸਾਹਿਬ ਜੀ। ਸਰ, ਕੀ ਲੱਗਦਾ ਹੈ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਇਹਨਾਂ ਨੂੰ ਟਰੈਕ ਕੀਤਾ ਗਿਆ, ਕਿ ਬਾਹਰਲੇ ਸਟੇਟ ਦੇ ਵਿੱਚ ਚਲੇ ਗਏ ਸੀ ਜਾਂ ਪੰਜਾਬ ਦੇ ਵਿੱਚ ਸੀ? ਜਿਹੜੀ ਟੀਮ ਬਣਾਈ ਸੀ ਉਹਨਾਂ ਨੇ ਟੈਕਨੀਕਲ ਤਰੀਕੇ ਨਾਲ ਵੀ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਸਾਰਿਆਂ ਨੂੰ ਅਰੈਸਟ ਕੀਤਾ ਜੀ। ਸੋ ਇਹਨਾਂ ਦੇ ਅਸਲ ਮਾਡਲ 'ਤੇ ਜਾ ਕੇ ਜਿਹੜੀ ਸਾਡੀ ਟੀਮ ਬਹੁਤ ਬੜੀ ਫੁਰਤੀ ਨਾਲ ਅਤੇ ਬੜੇ ਸੁਚੱਜੇ ਤਰੀਕੇ ਨਾਲ ਸਾਰਿਆਂ ਨੂੰ ਅਰੈਸਟ ਕੀਤਾ। ਤਾਂ ਸਰ, ਕਿਸ ਤਰ੍ਹਾਂ ਲੱਗਦਾ ਮੈਸੇਜ ਕੀ ਆ ਪਟਿਆਲਾ ਪੁਲਿਸ ਦਾ, ਜਿਸ ਤਰ੍ਹਾਂ 24 ਘੰਟਿਆਂ ਦੇ ਅੰਦਰ ਅੰਦਰ ਤੁਸੀਂ ਸਟਰੀਟ ਕ੍ਰਾਈਮ ਹੋਊਗਾ, ਜਿਹੜਾ ਵੀ ਕੋਈ ਇਹੋ ਜਿਹੀ ਵਾਰਦਾਤ ਕਰੂਗਾ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਜਿਹੜਾ ਹਾਰਸ਼ ਤੋਂ ਹਾਰਸ਼ ਐਕਸ਼ਨ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ਼ ਲਿਆ। ਇਹਨਾਂ ਪੰਜੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਤਲ ਦੇ ਵਿੱਚ ਹਿੱਸਾ ਲਿਆ ਸੀ, ਕਤਲ 'ਚ ਸ਼ਾਮਿਲ ਸੀ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਕਿਸ ਤਰ੍ਹਾਂ ਕਤਲ ਹੋਇਆ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਪੁਲਿਸ ਨੇ ਕਰਨ ਨਾਮ ਦੇ ਸਿਸਟਮ ਦੇ ਵਿੱਚ ਸਪੈਸ਼ਲ ਟੀਮ ਬਣਾਈ ਗਈ ਸੀ ਐਸ ਪੀ ਸਿਟੀ ਸਾਹਿਬ ਦੀ, ਐਸ ਪੀ ਡੀ ਦੀ ਜੀ, ਡੀ ਐਸ ਪੀ ਡੀ ਅਤੇ ਡੀ ਐਸ ਪੀ ਸਿਟੀ ਵੰਨ ਲੋਂਗ ਵਿਦ ਐਸ ਐਚ ਓ ਸਿਵਲ ਲਾਈਨ ਤਿੰਨ ਚਾਰ ਸੀ। ਸੋ ਇਹਨਾਂ ਨੇ ਬੜੀ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਉਹਦੇ ਵਿੱਚ ਪੰਜ ਬੰਦੇ ਅਰੈਸਟ ਕੀਤੇ ਜੀ। ਹਾਂ, ਜਿਹੜਾ ਵਹੀਕਲ ਯੂਜ਼ ਹੋਇਆ ਸੀ, ਸਾਈਕਲ ਯੂਜ਼ ਹੋਇਆ ਸੀ, ਉਹ ਵੀ ਬਰਾਮਦ ਕਰ ਲਏ। ਜਿਹੜਾ ਵੈਪਨ ਆਫ ਅਫੈਂਸ ਸੀ ਜਿਹੜਾ ਛੁਰੇ ਨਾਲ ਮਾਰੇ ਗਏ ਸੀ, ਉਹ ਵੀ ਬਰਾਮਦ ਕਰ ਲਏ। ਸਰ, ਮਕਸਦ ਕੀ ਸੀ ਲੜਾਈ ਸੀ ਜਾਂ ਪਹਿਲਾਂ ਦੂਜੀ ਰੰਜਿਸ਼ ਸੀ ਤੇ ਜਿਹੜੇ ਫੜੇ ਗਏ ਨੇ ਪੰਜ ਨੌਜਵਾਨ, ਕੀ ਉਹਨਾਂ ਨੂੰ ਵੀ ਅਪਰਾਧਿਕ ਪਿਛੋਕੜ ਮਿਲੇ ਜਾਂ ਇਸ ਲੜਕੇ ਦਾ ਕੋਈ ਆਪਸੀ ਰੰਜਿਸ਼ ਹੋਵੇ? ਇਹ ਵਜ੍ਹਾ ਰੰਜਿਸ਼ ਇਹ ਸੀ ਕਿ ਕੋਈ ਕੁੜੀ ਸੀ ਜਿਹੜੀ ਅੰਸ਼ ਜਿਹੜਾ ਮੇਨ ਅਕਿਊਜ਼ਡ ਹੈ ਉਹਦੀ ਨੋਨ ਸੀ। ਸੋ ਜਿਹੜਾ ਕਰਨ ਹੈ ਜਿਹੜਾ ਮਰਨ ਵਾਲਾ ਹੈ ਉਹ ਉਹਨੂੰ ਮੈਸੇਜ ਵਗੈਰਾ ਕਰਦਾ ਸੀ ਜਿਹਦੇ ਕਰਕੇ ਇਹਨਾਂ ਦੇ ਆਪਸ 'ਚ ਲੜਾਈ ਹੋਈ ਸੀ, ਸੋ ਉਹਦੇ ਕਰਕੇ ਇਹਨਾਂ ਨੇ ਕਤਲ ਕੀਤਾ। ਸੋ ਜਿਹੜੇ ਪੰਜ ਬੰਦੇ ਫੜੇ ਗਏ ਨੇ ਉਹਨਾਂ 'ਚੋਂ ਤਿੰਨ ਤੇ ਪਹਿਲਾਂ ਪਰਚੇ ਦਰਜ, ਦੋ ਦਾ ਰਿਕਾਰਡ ਕੀਤਾ, ਇਹਨਾਂ ਚੋਂ ਇੱਕ ਜੁਬੀਨਾਈ ਵੀ ਹੈ ਜਿਹੜਾ ਕਿ ਸੋਲਾ ਸਾਹਿਬ ਜੀ। ਤੇ ਸਰ, ਕੀ ਲੱਗਦਾ ਹੈ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਇਹਨਾਂ ਨੂੰ ਟਰੈਕ ਕੀਤਾ ਗਿਆ, ਕਿ ਬਾਹਰਲੇ ਸਟੇਟ ਦੇ ਵਿੱਚ ਚਲੇ ਗਏ ਸੀ ਜਾਂ ਪੰਜਾਬ ਦੇ ਵਿੱਚ ਸੀ? ਜਿਹੜੀ ਟੀਮ ਬਣਾਈ ਸੀ ਉਹਨਾਂ ਨੇ ਟੈਕਨੀਕਲ ਤਰੀਕੇ ਨਾਲ ਵੀ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਸਾਰਿਆਂ ਨੂੰ ਅਰੈਸਟ ਕੀਤਾ ਜੀ। ਸੋ ਇਹਨਾਂ ਦੇ ਅਸਲ ਮਾਡਲ 'ਤੇ ਜਾ ਕੇ ਜਿਹੜੀ ਸਾਡੀ ਟੀਮ ਬਹੁਤ ਬੜੀ ਫੁਰਤੀ ਨਾਲ ਅਤੇ ਬੜੇ ਸੁਚੱਜੇ ਤਰੀਕੇ ਨਾਲ ਸਾਰਿਆਂ ਨੂੰ ਅਰੈਸਟ ਕੀਤਾ। ਤੇ ਸਰ, ਕਿਸ ਤਰ੍ਹਾਂ ਲੱਗਦਾ ਮੈਸੇਜ ਕੀ ਆ ਪਟਿਆਲਾ ਪੁਲਿਸ ਦਾ, ਜਿਸ ਤਰ੍ਹਾਂ 24 ਘੰਟਿਆਂ ਦੇ ਅੰਦਰ ਅੰਦਰ ਤੁਸੀਂ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਕਿ ਪਟਿਆਲਾ ਪੁਲਿਸ ਐਸੇ ਅਪਰਾਧ ਕਰਨ ਵਾਲਾ ਕੀ ਮੈਸੇਜ? ਦੇਖੋ, ਸਾਡਾ ਇਹ ਫਰਜ਼ ਹੈ ਅਤੇ ਸਾਡਾ ਇਹ ਮੋਟੋ ਹੈ ਕਿ ਅਸੀਂ ਜਿਹੜੇ ਲੋਕ ਨੇ ਉਹਨਾਂ ਵਾਸਤੇ ਇੱਕ ਸਮਾਜ ਇਹੋ ਜਿਹਾ ਸਿਰਜੀਏ ਜਿਹਦੇ 'ਚ ਉਹ ਜਾ ਕੇ ਮੂਵ ਕਰ ਸਕਣ ਕੋਈ ਬਿਨਾਂ ਟੈਨਸ਼ਨ ਦੇ, ਬਿਨਾਂ ਕਿਸੇ ਦਾ ਜੀ। ਸੋ ਜਿਹੜਾ ਵੀ ਕੋਈ ਸਟਰੀਟ ਕ੍ਰਾਈਮ ਹੋਊਗਾ, ਜਿਹੜਾ ਵੀ ਕੋਈ ਇਹੋ ਜਿਹੀ ਵਾਰਦਾਤ ਕਰੂਗਾ, ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਊਗੀ।
ਕੀਤੀ ਜਾਊਗੀ ਜਿਹੜਾ ਹਾਰਸ਼ ਤੋਂ ਹਾਰਸ਼ ਐਕਸ਼ਨ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ਼ ਲਿਆ